ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਦੁਆਰਾ ਲਿਖੀ ਕਿਤਾਬ ਜੀਵਨ ਇਤਿਹਾਸ ਹਰੀ ਸਿੰਘ ਨਲੂਆ। ਨਵਾਬ ਮੁਜ਼ੱਫਰ ਖਾਨ ਦੀ ਗ੍ਰਿਫਤਾਰੀ। ਜਦ ਨਵਾਬ ਮੁਜ਼ੱਫਰ ਖਾਨ ਨੇ ਆਪਣੇ ਆਪ ਨੂੰ ਖਾਲਸਾ ਫੌਜਾਂ ਵਿੱਚ ਚੋਹੀ ਬੇਨੀ ਫਾਬਾ ਡਿੱਠਾ ਤਾਂ ਦਿਲ ਦੀ ਢੇਰੀ ਢਾ ਬੈਠਾ ਅਤੇ ਉਸੇ ਵਕਤ ਚਿੱਟਾ ਝੰਡਾ ਖੜ੍ਹਾ ਕਰਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਸਮੇਂ ਖਾਲਸਾ ਫੌਜਾਂ ਨੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਅਤੇ ਨਵਾਬ ਮੁਲਤਾਨ ਨੂੰ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਪੇਸ਼ ਕੀਤਾ ਗਿਆ। ਜਿਸ ਵਕਤ ਨਵਾਬ ਮਹਾਰਾਜਾ ਦੇ ਸਾਹਮਣੇ ਆਇਆ ਤਾਂ ਪਿੱਪਲ ਦੇ ਪੱਤੇ ਵਾਂਗ ਕੰਬ ਰਿਹਾ ਸੀ, ਪਰ ਇਸ ਨੇ ਆਉਂਦਿਆਂ ਹੀ ਮਹਾਰਾਜ ਸਾਹਿਬ ਦੇ ਸਾਹਮਣੇ ਆਪਣੇ ਦੋਵਾਂ ਹੱਥਾਂ ਨਾਲ ਆਪਣੀ ਧੁੰਨੀ ਤੱਕ ਲੰਮੀ ਦਾੜ੍ਹੀ ਫੜ ਕੇ ਪੇਸ਼ ਕੀਤੀ ਅਤੇ ਆਖਿਆ, ਹੇ ਮੇਰੇ ਸ਼ਹਿਨਸ਼ਾਹ ਅਤੇ ਮਾਲਕ, ਅੱਜ ਤੂੰ ਮੇਰੇ ਗੁਨਾਹ ਨੂੰ ਨਾ ਦੇਖ ਪਰ ਮੇਰੀ ਇਸ ਸੁੱਚੀ ਅਤੇ ਚਿੱਟੀ ਦਾੜ੍ਹੀ ਦੀ ਖਾਤਰ ਮੇਰੀ ਜਾਨ ਬਖਸ਼ ਕਰ। ਜੋ ਮੈਂ ਆਪ ਨਾਲ ਧਰੋ ਕਮਾਇਆ ਹੈ ਉਸ ਦੀ ਸਜ਼ਾ ਮੈਨੂੰ ਰੱਬ ਵੱਲੋਂ ਕਾਫ਼ੀ ਮਿਲ ਗਈ ਹੈ। ਮੇਰੀ ਬਾਜਗੁਜ਼ਾਰੀ, ਨਜ਼ਰਾਨਾ ਅਤੇ ਤਵਾਨ ਜੰਗ ਸਭ ਕੁਝ ਹਾਜ਼ਰ ਹੈ। ਸ਼ੇਰ ਪੰਜਾਬ ਨੇ ਜੋ ਸਦਾ ਸਰਨਾਗਤਾਂ ਦੀ ਰੱਖਿਆ ਕਰਦੇ ਹੁੰਦੇ ਸਨ ਅਤੇ ਗੁਨਾਹ ਕਰਕੇ ਪਛਤਾਪ ਕਰਨ ਵਾਲਿਆਂ ਨੂੰ ਬਖਸ਼ ਦਿੰਦਿਆਂ ਕਰਦੇ ਸਨ, ਆਪਣੇ ਸੁਭਾਅ ਅਨੁਸਾਰ ਨਵਾਬ ਦੀ ਵੀ ਜਾਨ ਬਖਸ਼ੀ ਕਰ ਦਿੱਤੀ। ਇਸ ਸਮੇਂ ਨਵਾਬ ਮੁਲਤਾਨ ਨੇ ਅੱਗੇ ਨੂੰ 2.5 ਲੱਖ ਰੁਪਇਆ ਸਾਲਾਨਾ, ਬਾਜਗੁਜ਼ਾਰੀ ਅਤੇ 24 ਬੋ ਮੁਹੱਲੇ ਘੋੜੇ ਨਜ਼ਰਾਨੇ ਦੇ ਤੌਰ 'ਤੇ ਪਰ ਹਰ ਸਾਲ ਸਰਕਾਰ ਨੂੰ ਦੇਣੇ ਪ੍ਰਵਾਨ ਕੀਤੇ। ਅੱਗੇ ਨੂੰ ਅਮਨ ਨਾਲ ਰਹਿਣ ਦੀ ਜ਼ਮਾਨਤ ਵਿੱਚ ਆਪਣੇ ਭਨੋਈ ਅਬੂ ਬੱਕਰ ਖਾਨ ਨੂੰ ਲਾਹੌਰ ਵਿੱਚ ਜਰਗਪਾਲ ਦੇ ਤੌਰ 'ਤੇ ਰੱਖਣ ਲਈ ਕਿਹਾ। ਸ਼ੇਰੇ ਪੰਜਾਬ ਜਦ ਨਵਾਬ ਮੁਜ਼ੱਫਰ ਖਾਨ ਦੀ ਗ੍ਰਿਫਤਾਰੀ ਦੇ ਉਪਰੰਤ ਡੇਰੇ ਵੱਲ ਪੁੱਜੇ ਤਾਂ ਪਤਾ ਲੱਗਾ ਕਿ ਸ਼ੇਰ ਦਿਲ ਅਤਰ ਸਿੰਘ ਤਾਂ ਸ਼ਹੀਦ ਹੋ ਗਿਆ ਹੈ ਅਤੇ ਸਰਦਾਰ ਹਰੀ ਸਿੰਘ ਨਲੂਏ ਦੀ ਦੇਹ ਵਿੱਚ ਧੀਮੇ ਜਿਹੇ ਸਵਾਸ ਧੜਕ ਰਹੇ ਹਨ। ਇਸੇ ਤਰ੍ਹਾਂ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਦੀ ਵੀ 2.5 ਨਾਜ਼ੁਕ ਹਾਲਤ ਸੀ। ਮਹਾਰਾਜਾ ਸਾਹਿਬ ਨੇ ਉਸੀ ਵਕਤ ਆਪਣੇ ਫੱਟ ਬੰਨ ਅਤੇ ਵੈਦਾਂ ਨੂੰ ਸਣੇ ਹਕੀਮ ਅਜੀਜ਼ੂਦੀਨ ਨੂੰ ਬੁਲਾਇਆ ਅਤੇ ਹੁਕਮ ਦਿੱਤਾ ਕਿ ਇਹਨਾਂ ਸੋਰਮਿਆਂ ਦਾ ਛੇਤੀ ਤੋਂ ਛੇਤੀ ਇਲਾਜ ਕੀਤਾ ਜਾਏ। ਪਹਿਲਾਂ ਤਾਂ ਸਰਦਾਰ ਹਰੀ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖ ਕੇ ਜਰਾਹ ਅਤੇ ਹਕੀਮਾਂ ਨੇ ਉੱਕੀ ਨਾ ਉਮੈਦੀ ਜ਼ਾਹਰ ਕੀਤੀ, ਜਿਸ ਨੂੰ ਸੁਣ ਕੇ ਮਹਾਰਾਜਾ ਬੜਾ ਦੁਖੀ ਹੋਇਆ। ਪਰ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਾ ਮਹਾਰਾਜਾ, ਜਿਸ ਦਾ ਦਿਲ ਮਾਯੂਸੀ ਅਤੇ ਨਾ ਉਮੈਦੀ ਤੋਂ ਸਮੁੱਲਚਾ ਅਜਾਣੂ ਸੀ, ਨੇ ਹੁਕਮ ਦਿੱਤਾ ਕਿ ਤੁਸੀਂ ਸੇਵਾ ਕਰੀ ਚੱਲੋ, ਅੱਗੇ ਜੋ ਕਰਤਾਰ ਨੂੰ ਭਾਵੇ ਸੋ ਹੋ ਕੇ ਰਹੇਗਾ। ਇਸੇ ਤਰ੍ਹਾਂ ਸਾਰੇ ਫੱਟੜਾਂ ਦੀ ਮਰਮ ਪੱਟੀ ਅਤੇ ਪੁੱਛਗਿੱਛ ਦੇ ਉਪਰੰਤ ਸਰਦਾਰ ਅਤਰ ਸਿੰਘ ਜੀ ਧਾਰੀ ਅਤੇ ਬਾਕੀ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਬੜੀ ਭਾਰੀ ਫੌਜੀ ਸ਼ਾਨ ਸ਼ੌਕਤ ਨਾਲ ਕੀਤਾ ਗਿਆ। ਸ਼ੇਰੇ ਪੰਜਾਬ ਨੇ ਕਿਲ੍ਹੇ ਦੀ ਦੀਵਾਰ ਹੇਠ ਸੁਰੰਗਾਂ ਲਗਾਉਣ ਲਈ ਸਿਰ ਧੜਾਂ ਦੀ ਬਾਜ਼ੀ ਲਾਉਣ ਵਾਲੇ ਸੂਰਮਿਆਂ ਦੀ ਸਾਰੀ ਫੌਜ ਦੇ ਸਾਹਮਣੇ ਬੜੀ ਮਹਿਮਾ ਕੀਤੀ ਅਤੇ ਇਸ ਜੱਥੇ ਨੂੰ ਖਾਸ ਪੈਨਸ਼ਨਾਂ ਅਤੇ ਇਨਾਮ ਬਖਸ਼ੇ। ਇਸ ਤਰ੍ਹਾਂ ਸ਼ਹੀਦਾਂ ਦੇ ਸੰਬੰਧੀਆਂ ਅਤੇ ਫੱਟੜਾਂ ਨੂੰ ਜ਼ਮੀਨਾਂ ਅਤੇ ਜਗੀਰਾਂ ਦਿੱਤੀਆਂ। ਕੁਝ ਦਿਨਾਂ ਦੇ ਇਲਾਜ ਦੇ ਬਾਅਦ ਸਰਦਾਰ ਹਰੀ ਸਿੰਘ ਦੀ ਹਾਲਤ ਕੁਝ ਪਲਟਾ ਖਾ ਗਈ ਅਤੇ ਹੁਣ ਇਲਾਜ ਕਰਨ ਵਾਲਿਆਂ ਦੀ ਨਾ ਉਮੀਦੀ ਆਸਾਂ 'ਚ ਬਦਲ ਗਈ। ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਸਰਦਾਰ ਹਰੀ ਸਿੰਘ ਨੂੰ ਅਤੇ ਸਰਦਾਰ ਨਿਹਾਲ ਸਿੰਘ ਨੂੰ ਖਾਸ ਪ੍ਰਬੰਧ ਹੇਠ ਬੜੇ ਆਰਾਮ ਨਾਲ ਪਿੰਸਾ ਡੋਲੀਆਂ ਵਿੱਚ ਲਾਹੌਰ ਵੱਡੇ ਸਫਾਖਾਨੇ ਵਿੱਚ ਪਹੁੰਚਾਇਆ ਜਾਏ। ਇਸ ਤਰ੍ਹਾਂ ਕੁਝ ਮਹੀਨਿਆਂ ਦੇ ਲਗਾਤਾਰ ਇਲਾਜ ਕਰਨ ਨਾਲ ਦੋਵੇਂ ਸਰਦਾਰ ਰਾਜੀ ਖੁਸ਼ੀ ਹੋ ਗਏ। ਮੁਲਤਾਨ ਦੀ ਇਸ ਲੜਾਈ ਵਿੱਚ ਸਰਦਾਰ ਹਰੀ ਸਿੰਘ ਨੇ ਆਪਣਾ ਸਿਰ ਤਲੀ 'ਤੇ ਰੱਖ ਕੇ ਅਦੁੱਤੀ ਨਿਰਭੈਤਾ ਅਤੇ ਸੂਰਮਗਤੀ ਦਾ ਜੋ ਸਬੂਤ ਦਿੱਤਾ ਸੀ, ਇਸ ਨਾਲ ਇਸ ਦਾ ਸਿੱਕਾ ਸ਼ੇਰੇ ਪੰਜਾਬ ਅਤੇ ਸਰਬੱਤ ਖਾਲਸਾ ਫੌਜ ਦੇ ਦਿਲਾਂ 'ਤੇ ਬੈਠ ਗਿਆ। ਹੁਣ ਆਪ ਨੂੰ ਸਮੂਹ ਖਾਲਸਾ ਦਰਬਾਰ ਬੜੀ ਇੱਜ਼ਤ ਦੀ ਨਜ਼ਰ ਨਾਲ ਦੇਖਣ ਲੱਗਾ। ਖਾਸ ਕਰ ਖਾਲਸਾ ਫੌਜ ਤਾਂ ਆਪ ਨੂੰ ਅੱਤ ਪਿਆਰ ਦੀ ਸੀ। ਕੁਝ ਸਮੇਂ ਦੇ ਬਾਅਦ ਇਹ ਫਤਿਹਜਾਬੀ ਦੀ ਖੁਸ਼ੀ ਵਿੱਚ ਬੜਾ ਭਾਰੀ ਦਰਬਾਰ ਹੋਇਆ, ਜਿਸ ਵਿੱਚ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ 20,000 ਰੁਪਇਆ ਸਾਲਾਨਾ ਦੀ ਜਗੀਰ ਦਿੱਤੀ ਅਤੇ ਫੌਜ ਵਿੱਚ ਅਹੁਦਾ ਵਧਾ ਦਿੱਤਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।